ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਐਸ ਡਬਲਯੂ ਸਟੱਡੀ ਫੋਰ ਜੋਬ ਦੇ ਤੁਸੀਂ ਰਹੇ ਐਮ ਐਸ ਡਬਲਯੂ ਸਟੱਡੀ ਫੋਰ ਜੋਬ। ਗੱਲ ਕਰਦੇ ਇੱਕ ਹੋਰ ਨਵੀਂ ਵੈਕੈਂਸੀ ਦੀ, ਜੋ ਕਿ ਰਿਕਰੂਟਮੈਂਟ ਨੋਟਸ ਜੋ ਕਿ ਚੰਡੀਗੜ੍ਹ ਵੱਲੋਂ ਆਊਟ ਕੀਤਾ ਗਿਆ। ਗੌਰਮੈਂਟ ਜੋਬ ਹੈਗੀ ਹੈ, ਬਿਲਕੁਲ ਦੇਖ ਸਕਦੇ ਲੋਕਲ ਆਡਿਟ ਡਿਪਾਰਟਮੈਂਟ ਦੇ ਵਿੱਚ ਜਿਹੜੀ ਵੈਕੈਂਸੀ ਕਿਹੜੀ ਹੈ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵਿੱਚ। ਔਰ ਰਿਕਰੂਟਮੈਂਟ ਨੋਟਸ ਹੈਗਾ ਔਰ ਪੂਰੀ ਜਾਣਕਾਰੀ ਇਸ ਵੀਡੀਓ ਦੇ ਅੰਤ ਤੱਕ ਮਿਲ ਜਾਏਗੀ। ਜੋ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਇਸ ਤਰ੍ਹਾਂ ਨੋਟੀਫਿਕੇਸ਼ਨ ਆਲ ਇੰਡੀਆ ਆਲ ਪੰਜਾਬ ਦੇ ਜੋਬ ਦੇ ਸਟੈਂਡਰਡ ਜਿਹੜੀ ਤੁਹਾਨੂੰ ਮਿਲ ਜਾਣਗੇ। ਗੱਲ ਕਰਦੇ ਹਾਂ ਸਪੋਸ ਦੀ, ਔਨਲਾਈਨ ਐਪਲੀਕੇਸ਼ਨ ਜਿਹੜਾ ਤੁਸੀਂ ਭਰ ਸਕਦੇ ਹੋ ਸਪੋਸ ਲਈ, ਔਰ ਦੋ ਹੀ ਪੋਸਟ ਹੈਗੀ, ਜੂਨੀਅਰ ਆਡੀਟਰ ਦੀ ਔਰ ਰਿਜ਼ਰਵ ਕੈਟਾਗਰੀ ਬਾਅਦ ਜਿਹੜੀ ਵੰਡ ਕੀਤੀ ਗਈ, ਔਰ ਪੋਸਟ ਡਿਸਬਿਲਿਟੀ ਦੇ ਵਿੱਚ ਹੋਏਗੀ। ਔਰ ਇਸ ਪੋਸਟ ਲਈ ਜਿਹੜਾ 10,000 ਬੇਸਿਕ ਪੇ ਤੋਂ ਲੈ ਕੇ 34,800 ਜਿਹੜੀ ਤੁਹਾਨੂੰ ਮੈਕਸੀਮਮ ਸੈਲਰੀ ਦਿੱਤੀ ਗਈ, ਔਰ $4,400 ਦਾ ਗ੍ਰੇਡ ਪੇ ਰਹੇਗਾ। ਔਰ ਇਸ ਪੋਸਟ ਲਈ ਜੇਕਰ ਗੱਲ ਕੀਤੀ ਹੈ ਹੋਰ ਕ੍ਰਾਈਟੀਰੀਆ ਨਾਲ, ਇਹ ਜਿਹੜੀ 40 ਈਅਰ ਮੈਕਸੀਮਮ ਰਹੇਗੀ, ਠੀਕ ਹੈ। ਇੱਥੇ ਬੀ ਕੌਮ ਔਰ ਬੈਂਚਲਰ ਜੇਕਰ ਗੱਲ ਕੀਤੀ ਜਾਵੇ, ਬੀ ਕੌਮ ਬੈਂਚਲਰ ਆਫ ਬਿਜ਼ਨਸ ਸਟੱਡੀ ਐਂਡ ਬੈਂਚਲਰ ਆਫ ਬਿਜ਼ਨਸ ਐਡਮਿਸ਼ਨ ਵਾਲੇ ਜਿਹੜੇ ਇਸ ਨੂੰ ਅਪਲਾਈ ਕਰ ਸਕਦੇ ਆ, ਠੀਕ ਹੈ। ਔਰ ਆਈ ਸੀ ਟੀ ਕੋਰਸ ਇਹਦੇ ਵਿੱਚ ਮੰਗਿਆ ਗਿਆ, 126 ਆਵਰ ਤੋਂ ਲੈ ਕੇ 200 ਆਵਰਸ ਦਾ ਜਿਹੜਾ ਇੱਥੇ, ਠੀਕ ਹੈ, ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ। ਔਰ ਇਸ ਲਈ ਗੱਲ ਕੀਤੀ ਜਾਵੇ, ਏਜ ਇਲੈਕਸ਼ਨ ਵੀ ਤੁਹਾਨੂੰ ਕੈਟਾਗਰੀ ਵਾਈਜ਼ ਮਿਲ ਜਾਏਗਾ, ਔਰ ਰਿਟਨ ਟੈਸਟ ਵਿੱਚ ਵੀ ਰੱਖਿਆ ਹੈਗਾ 3/11/2019 ਤੱਕ ਜਿਹੜਾ ਹੋ ਜਾਏਗਾ, ਟੈਂਟੀਟੇਟਿਵ ਡੇਟ ਹੈਗੀ ਹੈ, ਠੀਕ ਹੈ। ਇਸ ਪੋਸਟ ਲਈ ਜਿਹੜਾ ਤੁਸੀਂ ਅਪਲਾਈ ਕਰ ਸਕਦੇ ਹੋ, ਲਾਸਟ ਡੇਟ ਰਹੇਗੀ 8/10/2019 ਦੀ ਲਾਸਟ ਡੇਟ ਰਹੇਗੀ, ਔਰ 16/9/2019 ਤੋਂ ਇਹ ਜਿਹੜਾ ਸਟਾਰਟ ਹੋ ਜਾਏਗਾ, ਔਨਲਾਈਨ ਐਪਲੀਕੇਸ਼ਨ ਹੋਏਗਾ, ਠੀਕ ਹੈ ਜੀ। ਇਹ ਪੋਸਟ ਹੈਗੀ ਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਲੋਕਲ ਆਡਿਟ ਡਿਪਾਰਟਮੈਂਟ ਦੀ ਪੋਸਟ ਹੈਗੀ ਆ, 2 ਹੀ ਵੈਕੈਂਸੀ ਰਹੇਗੀ, ਔਰ ਸੈਲਰੀ ਬਹੁਤ ਹੀ ਵਧੀਆ ਦਿੱਤੀ ਜਾ ਰਹੀ ਹੈ, ਠੀਕ ਹੈ। ਟੈਂਪਰੇਰੀ ਬੇਸਿਸ ਜਿਹੜਾ ਇੱਥੇ ਰੱਖਿਆ ਗਿਆ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਔਰ ਜਿੰਨੇ ਵੀ ਐਲੀਜੀਬਲ ਹੈਗੇ ਆ ਉਹਨਾਂ ਦੀ ਇਹ ਵੀਡੀਓ ਯੂਜਫੁੱਲ ਹੈਗੀ ਹੈ, ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉਹਨਾਂ ਤੱਕ ਇਹ ਪਹੁੰਚ ਜਾਵੇ, ਠੀਕ ਹੈ ਜੀ। ਆ ਸਕੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਰਦੇ ਰਹੋ। ਥੈਂਕ ਯੂ ਸੋ ਮਚ, ਟੇਕ ਕੇਅਰ, ਮਿਲਦੇ ਇੱਕ ਹੋਰ ਨਵੀਂ ਵੀਡੀਓ ਲੈ ਕੇ।